हाँ जी वाहेगुरु जी का खालसा वाहेगुरु जी की फतेह। गबरू इन यूके लाइव होया थोड़े लिए बई। पहला आप डिस्कस कर रहे थे PSW स्पॉन्सरशिप वाला, पर बिच फिर अपने कई मुंडे सीगे यार, कई चिर तो उन्होंने कहा होया सीगा कि बई आह वीडियो नहीं तू पा रहा यार, यूके तो अमरीका या यूके तो USA वाली, तो फोन भी आ गया एक बई का। सो यार माफ़ी चाहना बई, एक तो डिले बहुत हो गई। सो मैं थोड़ा रीज़न दसदा कि चक्कर होया सीगा, वीडियो सारी शूट हुई पई सी बट अद्धी वीडियो की ऑडियो नहीं सी आई, ਤਾਂ ਕਰਕੇ ਐਡਿਟ ਨਹੀਂ ਕਰ ਪਾਇਆ ਉਹਨੂੰ, ਅਤੇ ਅੱਧੀ ਸ਼ੂਟ ਕਰਕੇ ਜੋ ਵੀ ਆ ਉਹ ਅਪਲੋਡ ਨਹੀਂ ਹੋ ਪਾਈ। ਬਹੁਤ ਚਿਰ ਦੀ ਪਈ ਸੀ ਵੀਡੀਓ ਸ਼ੂਟ ਕੀਤੀ ਹੋਈ। ਸੋ ਖੈਰ ਲਾਈਵ ਕਰਕੇ ਆਪਾਂ ਅੱਜ ਇਹ ਗੱਲ ਕਲੀਅਰ ਕਰ ਦਿੰਦੇ ਹਾਂ ਜਿਹੜੀ ਤੁਸੀਂ ਕਾਫੀ ਚਿਰ ਦੀ ਪੁੱਛ ਰਹੇ ਸੀਗੇ। ਪਿਛਲੇ ਹਫ਼ਤੇ ਹੀ ਜਦੋਂ ਮੈਂ ਲੈਸਟਰ ਗਿਆ ਸੀਗਾ, ਮੈਨੂੰ ਕਾਲ ਆਈ ਸੀਗੀ, ਮੁੰਡਾ ਸਵਿਟਜ਼ਰਲੈਂਡ ਏਅਰਪੋਰਟ ਦੇ ਉੱਤੇ ਫੜ ਲਿਆ ਸੀ ਇਮੀਗ੍ਰੇਸ਼ਨ ਵਾਲਿਆਂ ਨੇ, ਅਤੇ ਉਹਨੂੰ ਵਾਪਸ ਭੇਜਤਾ ਸੀਗਾ UK ਨੂੰ, ਅਮਰੀਕਾ ਚੱਲਿਆ ਸੀਗਾ ਕਿਸੇ ਏਜੰਟ ਦੇ ਥਰੂ, ਜਿੱਦਾਂ ਵੀ ਹੈ ਨਾ ਸੀਗਾ ਉਹਦਾ ਸਿਸਟਮ। ਚਲੋ ਆਪਾਂ ਤਲੋ ਤਾਂ ਕੀ ਲੈਣਾ। ਸੋ ਉਹਨੂੰ ਦਿੱਕਤ ਆ ਰਹੀ ਸੀਗੀ, ਜਾਂ ਉਸ ਤੋਂ ਪਹਿਲਾਂ ਜਿੰਨੇ ਵੀ ਮੁੰਡੇ ਕੁੜੀਆਂ ਜਾਂ ਕਪਲ ਨੇ ਟਰਾਈ ਕੀਤਾ ਸੀਗਾ ਵਾਇਆ ਮੈਕਸੀਕੋ ਜਾਣ ਦਾ ਅਮਰੀਕਾ ਨੂੰ UK ਤੋਂ, ਸਾਰੇ ਨੇ ਜੋ ਜੋ ਡਿਫੀਕਲਟੀਜ਼ ਫੇਸ ਕੀਤੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਇੱਕ ਹੋਰ ਵੀ ਹੋਰ ਮੁੰਡਾ ਸੀਗਾ ਆਪਣਾ ਮਾਝੇ ਤੋਂ, ਉਹਨੇ ਵੀ ਬਾਈ ਨੇ ਟਰਾਈ ਕੀਤੀ ਸੀਗੀ, ਈਵਨ ਕਿ ਮੈਂ ਵੀ ਸੀਗਾ ਉਦੋਂ ਏਅਰਪੋਰਟ 'ਤੇ ਜਦੋਂ ਉਹਨੇ ਫਲਾਈਟ ਚੜ੍ਹਨਾ ਸੀਗਾ, ਉਹਨੂੰ ਬਾਈ ਨੂੰ ਵੀ ਉੱਥੋਂ ਮੈਕਸੀਕੋ ਵਾਲੇ ਨੇ ਵਾਪਸ ਮੋੜਤਾ ਸੀਗਾ। ਸੋ ਬੜੀਆਂ ਗੱਲਾਂ ਨੇ, ਬੜੀਆਂ ਚੀਜ਼ਾਂ ਨੇ ਸਾਰੀਆਂ ਇਸ ਟੌਪਿਕ ਦੇ ਇਰਦ ਗਿਰਦ ਜਿਹੜੀਆਂ ਆਪਾਂ ਇਹਦੇ 'ਚ ਸਾਂਝੀਆਂ ਕਰਾਂਗੇ। ਸੋ ਜਿਹੜੇ ਵੀ ਬਾਈ ਉਦਾਸ ਸੀਗੇ ਇਸ ਚੀਜ਼ ਨੂੰ ਲੈ ਕੇ ਕਿ ਆਪਾਂ ਗੱਲ ਨਹੀਂ ਕਰ ਰਹੇ UK ਤੋਂ ਅਮਰੀਕਾ ਵਾਲਾ, ਤੋਂ ਬਾਈ ਆਪਣੀ ਨਾਰਾਜ਼ਗੀ ਹੁਣ ਨਾ ਰੱਖਿਓ, ਆਪਾਂ ਗੱਲ ਕਰ ਰਹੇ ਹਾਂ ਫਾਈਨਲੀ ਇਸ ਚੀਜ਼ 'ਤੇ। ਸਭ ਤੋਂ ਪਹਿਲਾਂ ਬਾਈ ਇਹ ਗੱਲ ਆ ਕਿ ਜਿੰਨੇ ਵੀ UK ਤੋਂ ਮੂਵ ਕਰਨਾ ਚਾਹੁੰਦੇ ਹੁੰਦੇ ਆ, ਡੌਂਕੀ ਵਾਲਾ ਪ੍ਰੋਸੀਜਰ ਤੁਹਾਨੂੰ ਪਤਾ ਸਾਰੇ ਫੋਲੋ ਕਰਦੇ ਆ ਕਿ ਹਾਂ ਅਸੀਂ ਬਾਈ ਡੌਂਕੀ ਲਾ ਕੇ ਇੱਥੋਂ ਚੱਲ ਜਾਈਏ। ਹਾਂ ਵਿੱਚ ਵੀਡੀਓ ਕੱਟ ਗਈ ਸੀ ਕਿ ਡੌਂਕੀ ਲਾ ਕੇ ਇੱਥੋਂ ਚੱਲ ਜਾਈਏ, ਹੈ ਨਾ। ਅਤੇ ਉਹਦੇ ਕਈ ਤਰੀਕੇ ਹੁੰਦੇ ਆ, ਦੇਖੋ ਜਿਹੜਾ ਸਭ ਤੋਂ ਮੋਸਟ ਫੇਮਸ ਤਰੀਕਾ ਆ ਕਿ ਏਜੰਟ ਤੁਹਾਨੂੰ, ਕੋਈ ਵੀ ਏਜੰਟ ਜਿਹੜਾ ਹੁੰਦਾ ਆ, ਉਹ ਤੁਹਾਨੂੰ ਮੈਕਸੀਕੋ ਲਿਜਾਂਦੇ ਆ ਇੱਥੋਂ, ਜਿਵੇਂ ਕਿਵੇਂ ਕਰਕੇ ਤੁਹਾਨੂੰ ਮੈਕਸੀਕੋ ਲੈ ਜਾਂਦੇ ਆ, ਮੈਕਸੀਕੋ ਤੋਂ ਫਿਰ ਤੁਹਾਨੂੰ ਫਰਦਰ ਅੱਗੇ ਕੰਧ ਟਪਾ ਕੇ ਅਮਰੀਕਾ 'ਚ ਦਾਖਲ ਕਰਾਉਂਦੇ ਆ। ਇੱਥੋਂ UK ਤੋਂ ਮੈਕਸੀਕੋ ਦੇ ਕਈ ਰੂਟ ਆ, ਕੋਈ ਵੀ ਪੋਸੀਬਲ ਰੂਟ ਹੋ ਸਕਦਾ, ਕਿਸੇ ਵੀ ਕੰਟਰੀ ਦੇ ਥਰੂ ਹੋ ਸਕਦਾ ਆ। ਦੇਖੋ ਆਪਣੇ ਕੋਲ ਐਂ ਹੁੰਦਾ ਸੀਗਾ ਕਿ ਜੇ UK ਦਾ ਵੀਜ਼ਾ ਹੈਗਾ ਤਾਂ ਮੈਕਸੀਕੋ ਆਪਾਂ ਟੂਰਿਸਟ ਸਪੋਟ ਦੇ ਤੌਰ 'ਤੇ ਜਾਂਦੇ ਸੀਗੇ, ਵਿਜ਼ਿਟ ਕਰਦੇ ਸੀਗੇ। ਪਰ ਕਈ ਪਿਛਲੇ ਪਾਸਟ ਬੀਤੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕੇਸ ਸਾਹਮਣੇ ਆਏ ਆ, ਕਈ ਤਰ੍ਹਾਂ ਦੀਆਂ ਐਡਵਾਈਜ਼ਰੀਆਂ ਜਾਰੀ ਹੋਈਆਂ ਨੇ, ਅਤੇ ਉਹਨਾਂ ਦੇ ਵੀ ਚਕੰਨੇ ਹੋਏ ਆ ਕੰਨ, ਬਹੁਤ ਲੋਕ ਲੰਘੇ ਵੀ ਆ, ਇਹੋ ਜਿਹੀ ਗੱਲ ਨਹੀਂ ਹੈਗੀ। ਬਟ ਹਾਲ ਦੀ ਘੜੀ ਮੈਕਸੀਕੋ ਬਹੁਤ ਸਖਤ ਹੋਇਆ ਹੋਇਆ ਇਸ ਚੀਜ਼ ਨੂੰ ਲੈ ਕੇ, ਮੈਕਸੀਕੋ ਦੀ ਸਰਕਾਰ ਤਾਲਮੇਲ ਕਰ ਰਹੀ ਹੈ ਇਹਨਾਂ ਨਾਲ, UK ਵਾਲਿਆਂ ਨਾਲ, ਬਹੁਤ ਚੀਜ਼ਾਂ ਜਿਹੜੀਆਂ ਅੰਦਰ ਖਾਤੇ ਚੱਲੀਆਂ ਨੇ ਅਤੇ ਨਿਕਲ ਕੇ ਸਾਹਮਣੇ ਆਈਆਂ ਨੇ ਬਾਅਦ ਦੇ ਵਿੱਚੋਂ, ਕਿ ਉਹ ਜਿਹੜਾ ਵੀ UK ਤੋਂ ਜਾਂਦਾ ਆ ਉਹਨੂੰ ਡੱਕ ਲੈਂਦੇ ਆ, ਉੱਥੇ ਰੋਕ ਲੈਂਦੇ ਆ, ਡਿਟੇਨ ਕਰਦੇ ਆ, ਅਤੇ ਕਾਗਜ਼ ਪੜਤਾਲ ਛਾਣਬੀਣ ਕਰਕੇ ਉਹਦੀ ਉਹਨੂੰ ਵਾਪਸ ਫਲਾਈਟ ਚੜ੍ਹਾ ਕੇ ਭੇਜ ਦਿੰਦੇ ਆ, ਕਿਸੇ ਨੂੰ ਗੈਟਵਿਕ ਏਅਰਪੋਰਟ ਭੇਜਤਾ, ਕਿਸੇ ਨੂੰ ਬਰਮਿੰਗਮ ਜਾਂ ਕਿਸੇ ਨੂੰ ਲੰਡਨ ਭੇਜਤਾ, ਹੈ ਨਾ ਮੇਨ। ਸੋ ਜਦੋਂ ਤੁਸੀਂ ਵਾਪਸ ਮੁੜ ਕੇ ਆਉਂਦੇ ਹੋ, ਤੁਹਾਡੇ ਕੋਲ ਆਲਰੇਡੀ, ਕਿਉਂਕਿ ਬੰਦਾ ਉਹੀ ਟਰਾਈ ਕਰਦਾ ਅਮਰੀਕਾ ਜਾਣ ਦੀ, ਹਾਂਜੀ ਬਾਈ ਮੈਂ ਮੈਸੇਜ ਤੁਹਾਡਾ ਨਾਲ ਨਾਲ ਪੜ੍ਹ ਹੀ ਰਿਹਾ, ਕੋਈ ਚੱਕਰ ਨਹੀਂ ਹੈਗਾ। ਜਿਹੜਾ ਬੰਦਾ ਟਰਾਈ ਕਰਦਾ ਅਮਰੀਕਾ ਜਾਣ ਦੀ, ਉਹੀ ਬੰਦਾ ਹੁੰਦਾ ਹੈ ਜਿਹੜਾ ਵਿਚਾਰਾ ਇੱਥੇ ਡਿਫਾਲਟਰ ਹੋ ਗਿਆ ਹੁੰਦਾ, ਯੂਨੀਵਰਸਿਟੀ ਛੱਡੀ ਹੁੰਦੀ ਆ ਜਾਂ ਨਹੀਂ ਆ ਜਾ ਰਿਹਾ, 100 ਗੱਲਬਾਤ ਹੁੰਦੀ ਆ। ਅਤੇ ਜਦੋਂ ਉਹ ਵਾਪਸ ਮੈਕਸੀਕੋ ਤੋਂ ਆਉਂਦਾ ਆ, ਤਾਂ ਬਾਰਡਰ ਦੇ ਉੱਤੇ ਉਹਦੀ ਪ੍ਰੋਪਰਲੀ ਥੋਰਲੀ ਚੈੱਕ ਕਰਦੇ ਆ ਉਹਨੂੰ ਉਹ, ਅਤੇ ਜਦੋਂ ਉਹ ਚੈੱਕ ਕਰਦੇ ਆ ਆਪਣੇ ਇਮੀਗ੍ਰੇਸ਼ਨ ਵਾਲੇ ਬਾਰਡਰ ਫੋਰਸ, ਤਾਂ ਉਹ ਦੇਖਦੀ ਆ ਕਿ ਤਾਂ ਯੂਨੀਵਰਸਿਟੀ ਨਹੀਂ ਜਾਂਦਾ, ਸਾਰਾ ਕੁਝ, ਉੱਥੇ ਉਹਨੂੰ ਫੇਰ ਡੱਕ ਲੈਂਦੇ ਆ, ਉਹਨੂੰ ਬੇਲ 'ਤੇ, ਇਮੀਗ੍ਰੇਸ਼ਨ ਬੇਲ 'ਤੇ ਛੱਡਦੇ ਆ ਉੱਥੇ, ਜਾਂ ਉਹ ਵੈਸੇ ਕਾਰਵਾਈ ਕਰਵਾ ਕੇ ਬਿਠਾ ਕੇ ਇਮੀਗ੍ਰੇਸ਼ਨ ਬੇਲ 'ਤੇ ਛੱਡ ਦਿੰਦੇ ਆ, ਜਾਂ ਕਿਸੇ ਵਕੀਲ ਦੀ ਹੈਲਪ ਤੁਸੀਂ ਲੈ ਲੈਂਦੇ ਹੋ ਤਾਂ ਵਕੀਲ ਤੁਹਾਨੂੰ ਕਢਾ ਦਿੰਦੇ ਆ, ਇਵੈਂਚੁਅਲੀ ਤੁਹਾਨੂੰ ਬੇਲ ਦੇ ਉੱਤੇ ਛੱਡ ਦਿੰਦੇ ਆ, ਉਹ ਪਾਸਪੋਰਟ ਤੁਹਾਡੇ ਰੱਖ ਲੈਂਦੇ ਆ, ਸਾਰਾ ਕੁਝ ਰੱਖ ਲੈਂਦੇ, ਤੁਹਾਨੂੰ ਬੇਲ 'ਤੇ ਭੇਜ ਦਿੰਦੇ ਆ, ਸਾਈਨਾਂ 'ਤੇ ਤੁਹਾਨੂੰ ਲਾ ਦਿੰਦੇ ਆ, ਹੈ ਨਾ ਇਹ ਚੀਜ਼ ਆ। ਸੋ ਇੱਦਾਂ ਦੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ। ਸੋ ਬਾਈ ਜਿੰਨੇ ਜਾਣੇ ਵੀ ਜਾਣਾ ਚਾਹੁੰਦੇ ਆ, ਜੇ ਕੋਈ ਤੁਹਾਨੂੰ ਏਜੰਟ ਪਹੁੰਚਾ ਰਿਹਾ, ਕਿਵੇਂ ਵੀ ਕਰ ਰਿਹਾ, 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਠੀਕ ਆ, ਤੁਸੀਂ ਉਹ ਆਪਣੇ ਪਰਸਨਲ ਰਿਸਕ 'ਤੇ ਟਰਾਈ ਕਰੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਬਹੁਤ ਬੰਦੇ ਹੁੰਦੇ ਆ ਜਿਨ੍ਹਾਂ ਦੇ ਚੈੱਕ ਹੁੰਦੇ ਆ, ਕਿਸੇ ਨਾ ਕਿਸੇ ਤਰ੍ਹਾਂ ਕੱਢ ਵੀ ਦਿੰਦੇ ਆ, ਹੈ ਨਾ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ, ਬਟ ਉਹ ਤੁਸੀਂ ਤੁਹਾਡੀ ਆਪਣੀ ਪਰਸਨਲ ਚੋਇਸ ਆ ਜਾਂ ਆਪਣੀਆਂ ਪਰਸਨਲ ਚੀਜ਼ਾਂ ਨੇ। ਜਿਹੜੀ ਮੇਨ ਸਕੀਮ ਹੁੰਦੀ ਆ ਕਿ ਬਈ ਹਾਂ UK ਤੋਂ ਕਿਸੇ ਵੀ ਤਰ੍ਹਾਂ ਤੁਸੀਂ ਮੈਕਸੀਕੋ ਚਲੇ ਗਏ, ਕਿਉਂਕਿ ਐਂ ਆ ਕਿ ਪੰਜਾਬ ਤੋਂ ਜਿਹੜੇ ਬੰਦੇ ਡੌਂਕੀ ਲਾ ਜਾਂਦੇ ਆ, ਉਹ 30-30, 35-35, 40-40 ਲੱਖ ਦਿੰਦੇ ਆ, ਹੈ ਨਾ। ਕਈ ਇੱਦਾਂ ਕਾ, ਕਈ ਬੰਦੇ UK ਆਉਂਦੇ ਹੀ ਇਸੀ ਚੀਜ਼ ਲਈ ਆ ਕਿ ਉੱਥੇ ਜਾ ਕੇ ਪੈਸੇ ਘੱਟ ਲੱਗਣਗੇ, ਕਿਉਂਕਿ UK ਤੋਂ ਹੁੰਦਾ ਆ ਕਿ 10 ਲੱਖ, 12 ਲੱਖ 'ਚ, 15 ਲੱਖ 'ਚ ਤੁਹਾਨੂੰ ਵਾਇਆ ਮੈਕਸੀਕੋ UK ਪਹੁੰਚਾ ਦਿੰਦੇ, USA ਪਹੁੰਚਾ ਦਿੰਦੇ ਆ ਏਜੰਟ, ਹੈ ਨਾ। ਅਤੇ ਕਈ ਤਾਂ ਬੰਦੇ ਆਉਂਦੇ ਹੀ ਇਸ ਕੰਮ ਲਈ ਆ ਕਿ ਅਸੀਂ ਵਾਇਆ UK ਹੋ ਕੇ ਜਾਵਾਂਗੇ ਉੱਧਰ ਨੂੰ। ਸੋ ਇਹਦੇ 'ਚ ਬਈ ਬਹੁਤ ਚੀਜ਼ਾਂ ਨੇ, ਜ਼ਿੰਦਗੀ ਇੰਨੀ ਸਿੰਪਲ ਨਹੀਂ ਹੁੰਦੀ, ਜਾਂ ਚੀਜ਼ਾਂ ਇਹੋ ਜਿਹੀਆਂ ਇੰਨੀਆਂ ਸਿੰਪਲ ਨਹੀਂ ਹੁੰਦੀਆਂ ਜਿੰਨੀ ਆਪਾਂ ਸੋਚ ਲੈਂਦੇ ਹਾਂ। ਆਪਣੇ ਮਨ ਦੇ ਵਿੱਚ ਜੋ ਸੰਸਾਰ ਹੁੰਦਾ, ਦਿਮਾਗ ਦੇ ਵਿੱਚ ਐਕਚੁਅਲ ਸੰਸਾਰ, ਉਹਦੇ ਨਾਲੋਂ ਟੋਟਲੀ ਡਿਫਰੈਂਟ ਹੁੰਦਾ।
ਸੋ ਜਦੋਂ ਸਾਡੀਆਂ ਐਕਸਪੈਕਟੇਸ਼ਨਾਂ ਹਟ ਹੁੰਦੀਆਂ ਨੇ, ਚੀਜ਼ਾਂ ਸਾਡੇ ਹਿਸਾਬ ਨਾਲ ਨਹੀਂ ਚੱਲਦੀਆਂ, ਫਿਰ ਅਸੀਂ ਹਟ ਹੁੰਦੇ ਹਾਂ। ਸੋ ਕਦੇ ਵੀ ਪ੍ਰੀ ਅਜ਼ਿਊਮ ਨਾ ਕਰਿਆ ਕਰੋ ਚੀਜ਼ਾਂ ਨੂੰ। ਲੈਟ ਇਟ ਬੀ, ਇਟ ਇਜ਼ ਵਟ ਇਟ ਇਜ਼। ਜਿੱਦਾਂ ਵੀ ਚੀਜ਼ਾਂ ਹੈ ਨੇ ਉਹਨਾਂ ਨੂੰ ਉਦਾਂ ਹੀ ਫੇਸ ਕਰੀਏ, ਆਪਾਂ ਨੰਗੇ ਮੂੰਹ ਸੱਚ ਜਰੀਏ। ਸੋ ਅਤੇ ਕਿਉਂਕਿ ਕੁਛ ਵੀ ਹੋ ਸਕਦਾ, ਐਨੀਥਿੰਗ ਕੈਨ ਹੈਪਨ ਇਨ ਲਾਈਫ, ਜ਼ਿੰਦਗੀ 'ਚ ਕਦੇ ਵੀ ਕੁਛ ਵੀ ਹੋ ਸਕਦਾ। ਹੁਣ ਆਪ ਹੁਣ ਹੁੰਦਾ ਕੀ ਆ, ਬੇਸਿਕਲੀ ਕੀ ਹੁੰਦਾ ਕਿ ਇੱਥੋਂ ਯੂਕੇ ਤੋਂ ਤੁਸੀਂ ਮੈਕਸੀਕੋ ਚਲ ਜਾਂਦੇ ਹੋ, ਚਾਹੇ ਏਜੰਟ ਦੀ ਹੈਲਪ ਨਾਲ ਤੁਸੀਂ ਜਾਂਦੇ ਹੋ, ਚਾਹੇ ਤੁਸੀਂ ਇੰਡੀਪੈਂਡੈਂਟਲੀ ਵੀ ਜੇ ਤੁਸੀਂ ਕਹਿੰਦੇ ਹੋ ਤੁਸੀਂ ਜਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਇੱਥੋਂ ਤੁਸੀਂ ਫਲਾਈਟ ਲੈ ਕੇ ਮੈਕਸੀਕੋ ਚਲ ਗਏ, ਭਾਵੇਂ ਵਾਇਆ ਕਿਸੇ ਹੋਰ ਮੁਲਕ ਚਲ ਗਏ, ਭਾਵੇਂ ਸਿੱਧਾ ਚਲ ਗਏ, ਜਿਵੇਂ ਮਰਜ਼ੀ, ਇਟ ਡਜ਼ਨਟ ਮੈਟਰ, ਹੈ ਨਾ। ਤੁਸੀਂ ਪਹੁੰਚ ਕੇ ਉੱਥੇ ਆਪਣਾ, ਜੇ ਤੁਹਾਨੂੰ ਬਾਰਡਰ ਤੋਂ ਉਹਨਾਂ ਨੇ ਕ੍ਰੋਸ ਹੋਣ ਦੇ ਤਾ, ਏਅਰਪੋਰਟ ਤੋਂ ਲੰਘਣ ਦੇ ਤਾ ਮੈਕਸੀਕੋ ਵਾਲੇ ਨੇ, ਤਾਂ ਠੀਕ ਆ ਬਈ, ਤੁਸੀਂ ਬਹੁਤ ਲੋਕ ਸਮਝਦਾਰ ਹੁੰਦੇ ਆ, ਆਪਣੇ ਜਿਹੜੇ BRP ਆ, ਯੂਕੇ ਦੇ ਪਾਸਪੋਰਟ ਆ, ਇੰਡੀਅਨ, ਉੱਥੇ ਪੋਸਟ ਕਰਕੇ ਆਪਣੇ ਘਰਾਂ ਨੂੰ ਭੇਜ ਦਿੰਦੇ ਆ ਵਾਪਸ, ਜਾਂ ਯੂਕੇ ਭੇਜ ਦਿੰਦੇ ਆ, ਐਡਰੈਸ ਕਿਵੇਂ ਤਿਵੇਂ ਕਰਕੇ ਵਾਪਸ ਭੇਜਦੇ ਆ, ਪਾੜਦੇ ਨਹੀਂ ਹੈਗੇ, ਸਿੱਟਦੇ ਨਹੀਂ ਹੈਗੇ। ਫਿਰ ਕੀ ਕਰਦੇ ਆ, ਉਹ ਨੇੜੇ ਪਹੁੰਚ ਜਾਂਦੇ, ਜਿਹੜਾ ਕੰਧ ਆ, ਕੰਧ ਦੇ ਨੇੜੇ ਪਹੁੰਚ ਕੇ, ਉੱਥੇ ਜਿਹੜੇ ਪਿੰਡਾਂ ਵਾਲਿਆਂ ਉਹਨਾਂ ਦਾ ਕੰਮ ਹੀ ਇਹੀ ਆ, ਉਹਨਾਂ ਨੇ ਬੰਦੇ ਟਪਾਉਣੇ ਆ, ਰੋਜ਼ ਬੰਦੇ ਟਪਾਉਣੇ ਆ, ਅਤੇ ਜਿਹੜੇ ਤਾਂ ਹੁੰਦੇ ਏਜੰਟ ਉਹਨਾਂ ਦੀ ਹੁੰਦੀ ਗੱਲਬਾਤ ਉਹਨਾਂ ਨਾਲ, ਅਤੇ ਉਹ ਫਿਰ ਤੁਹਾਤੋਂ ਫੀਸ ਵੀ ਲੈਂਦੇ ਆ, ਚਲੋ ਉਹਨਾਂ ਦੇ, ਕਿਉਂਕਿ ਉਹਨਾਂ ਦਾ ਰਿਸਕ ਵੀ ਆ, ਫੀਸ ਲੈਂਦੇ ਆ। ਬਟ ਜੇ ਕਈ ਬੰਦੇ ਇੰਡੀਪੈਂਡੈਂਟਲੀ ਆਪਣੇ ਪੱਧਰ 'ਤੇ ਜਾ ਕੇ ਕਿਸੇ ਡੌਂਕਰ ਨਾਲ ਗੱਲ ਕਰਕੇ ਉਹਨੂੰ ਦੇ ਕੇ 100-50 pounds, ਜਿੰਨੇ 500 pounds ਜਿੰਨੇ ਵੀ ਮੰਗਦਾ ਉਹ ਦੇ ਕੇ ਕੰਧ ਪਾਰ ਕਰ ਜਾਂਦੇ ਆ, ਇੱਦਾਂ ਵੀ ਬਹੁਤ ਲੋਕ ਗਏ ਆ, ਕੀਤਾ ਉਹਨਾਂ ਨੇ ਇੰਡੀਪੈਂਡੈਂਟਲੀ। ਅਤੇ ਮੇਰਾ ਸੀਗਾ ਕਿ ਮੈਂ ਕਿਹਾ ਇੱਕ ਵਾਰੀ ਜਦੋਂ ਮੇਰਾ ਲੱਗਿਆ ਮੈਕਸੀਕੋ, ਮੈਂ ਖੁਦ ਜਾ ਕੇ ਆਵਾਂ, ਉਹ ਕੰਧ ਦੇਖ ਕੇ ਆਵਾਂ। ਆਪਣਾ ਮੁੰਡਾ ਜਿਹੜਾ ਸੀਗਾ ਪੰਜਾਬੀ ਵਾਂਡਰਰ ਕਰਕੇ, ਇੱਕ ਮੁੰਡਾ ਆ, ਉਹ ਗਿਆ ਸੀਗਾ ਕੇਰਾਂ ਉੱਥੇ ਦੇਖਣ। ਮੇਰਾ ਵੀ ਸੀਗਾ, ਮੈਂ ਕਿਹਾ ਇੱਕ ਜਾ ਕੇ ਵਲੋਗ ਪਾ ਕੇ, ਇੱਕ ਵੀਡੀਓ ਪਾ ਕੇ ਸਾਂਝੀ ਕਰਾਂ ਵੀ ਕੀ ਹਾਲਾਤ ਨੇ। ਚਲੋ ਜਦੋਂ ਕਦੇ ਹੋਇਆ ਫਿਊਚਰ ਦੇ ਵਿੱਚ ਤਾਂ ਜ਼ਰੂਰ ਮੈਂ ਪਾਊਂਗਾ ਜਾ ਕੇ। ਬਟ ਇੱਦਾਂ ਵੀ ਕਰਦੇ ਆ, ਬਾਕੀ ਨਹੀਂ ਏਜੰਟ ਹੁੰਦੇ ਆ, ਤੁਸੀਂ ਉੱਥੇ ਉੱਤਰਦੇ ਹੋ ਏਅਰਪੋਰਟ 'ਤੇ, ਹੋਟਲ 'ਚ ਜਾਂਦੇ ਹੋ, ਹੋਟਲ ਤੋਂ ਤੁਹਾਨੂੰ ਚੱਕਦੇ ਆ, ਚੱਕ ਕੇ ਸਿੱਧਾ ਬੱਸ ਲੈ ਕੇ ਜਾਂਦੀ ਆ ਤੁਹਾਨੂੰ ਕੰਧ ਕੋਲੇ, ਫਿਰ ਉਹ ਉੱਥੋਂ ਤੁਹਾਨੂੰ ਕੈਂਪ 'ਚ ਰੱਖਦੇ ਆ, ਜਾਂ ਕਿਵੇਂ ਤਿਵੇਂ ਕਰਕੇ ਰੱਖ ਕੇ, ਜਦੋਂ ਉਹਨਾਂ ਦਾ ਟਾਈਮ ਦੌ ਲੱਗਦਾ ਤਾਂ ਤੁਹਾਨੂੰ ਉਹ ਸਮਗਲ ਕਰਦੇ ਆ। PSW ਵਾਲਾ ਕੀ ਬਣਨਾ ਭਰਾ, ਉਹ ਮੈਂ ਯਾਰ ਵਿੱਚ ਆਪਣੇ ਮੁੰਡੇ ਜਿਹੜੇ ਕਹਿੰਦੇ ਸੀਗੇ USA ਵਾਲੀ ਵੀਡੀਓ ਨਹੀਂ ਪਾਈ, ਤਾਂ ਕਰਕੇ ਉਹ ਕੱਟ ਕੇ ਫਿਰ ਆਹ ਪਾਉਣੀ ਪੈ ਗਈ, ਉਹ ਇਦੋਂ ਬਾਅਦ ਪਾਉਂਦੇ ਆਪਾਂ। ਸੋ ਇੱਦਾਂ ਸਮਗਲ ਕਰਦੇ ਆ। ਫਿਰ ਅੱਗੇ ਫਰਦਰ ਤੁਹਾਨੂੰ ਪਤਾ ਆ ਕੀ ਪ੍ਰੋਸੈਸ ਹੁੰਦਾ, ਅਮਰੀਕਾ ਵਾਲੇ ਜਿਹੜੇ ਓਬਸੈਸਡ ਹੈਗੇ ਅਮਰੀਕਾ ਨੂੰ ਲੈ ਕੇ, ਜਿਹੜੇ ਉਹਨਾਂ ਨੂੰ ਪਤਾ ਹੁੰਦਾ ਅੱਗੇ ਸਾਨੂੰ ਬੰਦਾ ਚਾਹੀਦਾ, ਬੇਲ ਹੋਣੀ ਆ, ਤੁਹਾਨੂੰ ਕੈਂਪ 'ਚ ਰੱਖਣਗੇ, ਬੌਂਡ ਪਊਗਾ ਨਹੀਂ ਪਊਗਾ, ਜਿੰਨੀਆਂ ਵੀ ਗੱਲਾਂ ਤੁਹਾਨੂੰ ਸਭ ਪਤਾ ਹੁੰਦੀਆਂ ਨੇ, ਹੈ ਨਾ, ਅਸਾਈਲਮ ਲੱਗਦੀ ਆ, ਕਿੱਦਾਂ ਕੇਸ ਚੱਲਦਾ, ਕਦੋਂ ਤੁਹਾਨੂੰ ਗ੍ਰੀਨ ਕਾਰਡ ਮਿਲਦਾ, ਉਹ ਬਾਅਦ ਦੀਆਂ ਗੱਲਾਂ ਨੇ, ਇੱਥੋਂ ਜਿਹੜੀ ਗੱਲ ਆਪਾਂ ਉਹ ਕਰ ਰਹੇ ਹਾਂ। ਸੋ ਜਿੱਥੇ ਬਈ ਬਹੁਤ ਜਿਹੜੇ ਕੇਸ ਆਏ ਆ ਮੁੰਡਿਆਂ ਜਾਂ ਕੁੜੀਆਂ ਦੇ, ਇਹ ਹੁੰਦੇ ਆ ਕਿ ਬਾਈ ਮੈਕਸੀਕੋ ਵਾਪਸ ਭੇਜ ਦਿੰਦਾ, ਅਤੇ ਜਦੋਂ ਵਾਪਸ ਭੇਜਦਾ, ਜਦੋਂ UK ਵੜਦੇ ਆ, ਅਤੇ ਉਹ ਘਰ ਦੇ ਨਾ ਘਾਟ ਦੇ ਹੋ ਜਾਂਦੇ ਆ ਕੰਮ, ਇੱਥੇ ਫਿਰ ਉਹਨਾਂ ਨੂੰ ਇਮੀਗ੍ਰੇਸ਼ਨ ਬੇਲ 'ਤੇ ਕੱਢਦੇ ਆ ਬਾਹਰ, ਇੱਧਰ ਵੀ ਉਹਨਾਂ ਦਾ ਸਟੇਟਸ ਜਿਹੜਾ ਆ ਫਿਰ 2 ਨੰਬਰੀਆਂ ਵਾਲਾ ਹੋ ਜਾਂਦਾ। ਸੋ ਦੇਖ ਕੇ ਪਰਖ ਕੇ ਚੀਜ਼ਾਂ ਸਾਰੀਆਂ ਗੌਰ ਕਰਿਆ ਕਰੋ, ਅਤੇ ਹਰ ਚੀਜ਼ ਨੂੰ ਵਿਚਾਰ ਕੇ ਕਰਿਆ ਕਰੋ, ਤੁਹਾਡੀ ਨਿੱਜੀ ਚੋਇਸ ਆ ਇਹ। ਮੈਂ ਕਿਸੇ ਨੂੰ ਇਨਕਰੇਜ ਨਹੀਂ ਕਰਦਾ ਕਿ ਕੋਈ ਇਲੀਗਲ ਐਕਟੀਵਿਟੀ 'ਚ ਇਨਵੋਲਵ ਹੋਵੋ, ਪਰ ਜੋ ਚੀਜ਼ਾਂ ਹੁੰਦੀਆਂ ਨੇ ਜਾਂ ਜੋ ਚੀਜ਼ਾਂ ਇਹ ਚੱਲਦੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਆਪਣੇ ਅੱਖੀਂ ਦੇਖੀਆਂ ਮਹਿਸੂਸ ਕੀਤੀਆਂ ਚੀਜ਼ਾਂ ਨੇ। ਅਤੇ ਕਿਸੇ ਨੂੰ ਕੋਈ ਸਵਾਲ ਹੋਵੇ ਇਹਦੇ ਰਿਲੇਟਡ, ਜਾਂ ਕਿਸੇ ਦਾ ਕੋਈ ਹੋਰ ਗੱਲ ਹੋਵੇ, ਜਾਂ ਕੋਈ ਓਪੀਨੀਅਨ ਹੋਵੇ, ਜਾਂ ਕੋਈ ਚੀਜ਼ ਸਾਂਝੀ ਕਰਨਾ ਚਾਹੁੰਦਾ ਹੋਵੇ, ਤਾਂ ਕਮੈਂਟਾਂ 'ਚ ਜ਼ਰੂਰ ਲਿਖ ਸਕਦਾ ਉਹ ਇਸ ਗੱਲ ਨੂੰ। ਬਾਕੀ ਜੇ ਕੋਈ ਪੱਖ ਰਹਿ ਗਿਆ ਹੋਇਆ ਤਾਂ ਫਿਰ ਕਿਸੇ ਦਿਨ ਵੀਡੀਓ ਪਾ ਕੇ ਸਾਂਝੀ ਕਰ ਦਾਂਗੇ। ਫਿਲਹਾਲ ਇਸ ਵੇਲੇ ਐਟ ਦੀ ਮੂਮੈਂਟ ਮੇਰੇ ਮਾਇੰਡ ਦੇ ਵਿੱਚ ਇਹੀ ਚੀਜ਼ ਆਈ ਸੀ, ਸੋ ਮੈਂ ਸਾਂਝੀ ਕੀਤੀ ਆ। ਅਤੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ, ਠੀਕ ਹੈ ਜੀ। ਸੋ ਇੰਨਾ ਕਹਿ ਕੇ ਮੈਂ ਸਮਾਪਤੀ ਕਰਦਾ। ਉਮੀਦ ਕਰਦਾ ਜਿਨ੍ਹਾਂ ਨੂੰ ਇਹ ਵੀਡੀਓ ਦੀ ਉਡੀਕ ਸੀਗੀ ਉਹ ਇਹਦੇ ਨਾਲ ਸੰਤੁਸ਼ਟ ਹੋ ਗਏ ਹੋਣਗੇ। ਜੇ ਕੋਈ ਸਵਾਲ ਹੋਇਆ ਤਾਂ ਜ਼ਰੂਰ ਕਰਿਓ, ਮੈਂ ਕਮੈਂਟ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਠੀਕ ਹੈ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।